ਕਦੇ ਵੀ ਤੁਹਾਡੀ ਜਗ੍ਹਾ ਤੇ ਕਬਜ਼ਾ ਨਹੀਂ ਹੋਣ ਦਊਂਗਾ, ਮੈਂ ਤੁਹਾਡਾ ਵਾਅਦਾ ਕਰਦਾ, ਮੈਂ ਦੁਬਾਰਾ ਕੰਧ ਕਰਵਾਈ ਉੱਤੇ ਉਹਦੀ ਮੈਂ ਆਪ ਘਰੇ ਗਿਆ ਬੀਬੀ ਦੇ ਵੀ ਇਹਨੇ ਗਲਤੀ ਕੀਤੀ ਆ ਵੀ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੀ ਜਗ੍ਹਾ ਤੇ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ, ਅਦਾਲਤ ਜਦੋਂ ਮਰਜ਼ੀ ਕਰਾ ਦੇਵੇ। ਉਸ ਤੋਂ ਬਾਅਦ ਮੈਂ ਐਮਐਲਏ ਬਣ ਗਿਆ 5 ਸਾਲ। ਇਹ ਉਹ ਯਾਦ ਸੀ ਜਿਹੜਾ ਬੱਦੋਵਾਲੇ ਦਾ ਹਾੜੀ ਸੀ, ਆਪਣੀ ਗੱਲ ਕਰਦਾ ਸੀ, ਮੇਰੇ ਕੋਲ ਆਇਆ, ਮੈਂ ਕਿਹਾ ਮੇਰੇ ਹੁੰਦੇ ਆ, ਮੈਂ 1 ਇੰਚ ਜਗ੍ਹਾ ਸਤਨਾਮ ਸਿੰਘ ਬੈਠਾ, ਸਤਨਾਮ ਸਿੰਘ ਖੜਾ ਪੱਟੀਆਂ ਤੋਂ ਆ ਬੈਠਾ ਵਰਕਰ ਸਾਡਾ, ਇਹਦੀ ਗੱਲ ਬਾਅਦ ਚ ਕਰਦਾ ਮੈਂ। ਤੇ ਮੈਂ ਕਿਹਾ ਵੀ ਜਿੰਨਾ ਚਿਰ ਮੈਂ ਇੱਥੇ ਸਾਡੀ ਸਰਕਾਰ ਆ ਵੀ ਜੇ ਕੁਝ ਕਬਜ਼ਾ ਕਰ ਗਿਆ ਤਾਂ ਮੈਨੂੰ ਫੜ ਲਿਓ। 5 ਸਾਲ ਲੰਘੇ, ਜਿੱਦਾਂ ਸਰਕਾਰ ਬਦਲੀ, ਕਾਂਗਰਸ ਦੀ ਹੁਣ ਸਰਕਾਰ ਬਣੀ, ਇਹਨਾਂ ਨੇ ਰਲ ਕੇ ਆਜ਼ਾਦੀ ਨੇ ਤੇ ਇਹਨੇ ਉੱਤੇ ਕਬਜ਼ਾ ਕਰ ਲਿਆ, ਪਤਾ ਤੁਹਾਨੂੰ ਗੱਲ ਦਾ, ਕਬਜ਼ਾ ਹੁਣ ਕਰ ਲਿਆ ਇਹਨਾਂ ਨੇ। 5 ਸਾਲ ਨਹੀਂ ਹੋਣ ਦਿੱਤਾ ਮੇਰੇ ਕੋਲ ਕਬਜ਼ਾ ਕਰਨ ਤੋਂ ਬਾਅਦ ਮੇਰੇ ਕੋਲ ਆਇਆ, ਕਹਿੰਦਾ ਤੁਸੀਂ ਤਾਂ ਨਹੀਂ ਹੋਣ ਦਿੱਤਾ ਸੀ, ਆਹ ਦੇਖ ਲਓ ਅਸੀਂ ਕਰ ਲਿਆ। ਮੈਂ ਕਿਹਾ ਤੂੰ ਕਰ ਲਿਆ ਵੀ ਮੈਂ ਆਪਣੇ ਰਾਜ 'ਚ ਨਹੀਂ ਹੋਣ ਦੇਣਾ ਸੀ, ਸਰਕਾਰ 'ਚ ਨਹੀਂ ਹੋਣ ਦੇਣਾ ਸੀ, ਨਾ ਹੋਣ ਦਿੱਤਾ ਕੋਈ। ਪਰ ਇੱਕ ਗੱਲ ਮੈਂ ਹੁਣ ਵੀ ਵਾਪਸ ਕਰਵਾ ਸਕਦਾ, ਮੈਂ ਚਾਹ ਮਾਫਰ ਮੈਂ ਕੀ ਲੈਣਾ, ਇਹਦਾ ਹਿੱਸਾ ਵਿੱਚ ਸੀ, ਹੁਣ ਇਹਨਾਂ ਨੇ ਕਬਜ਼ਾ ਕੀਤਾ ਉਹ ਜਗ੍ਹਾ 'ਤੇ। ਹੁਣ ਕਾਂਗਰਸ ਨਾਲ ਤਾਂ ਹੀ ਰਲਿਆ ਉਹ ਕਿ ਉਹ ਕਬਜ਼ਾ ਕਾਂਗਰਸ ਨੇ ਕਰਾ ਕੇ ਦਿੱਤਾ, ਜਿਵੇਂ ਮਰਜ਼ੀ ਕੀਤਾ। ਫਿਰ ਆ ਸਤਨਾਮ ਸਿੰਘ ਬੈਠਾ ਪੱਟੀਆਂ ਤੋਂ, ਇਹਦੀ ਜ਼ਮੀਨ ਸਾਂਝਾ ਮੁਸਤਰਕਾ, ਰਾਜਾ ਦਿਓਲ ਜਿਹੜਾ ਵੱਡਾ ਠਾਗਾ, ਇਹਨੇ ਜ਼ਮੀਨ ਲੈ ਲਈ ਇਹਨਾਂ ਦੇ ਚਾਚੇ ਤੋਂ ਅਤੇ ਕਬਜ਼ਾ ਕਹਿੰਦਾ ਸੜਕ 'ਤੇ ਕਰਨਾ ਜਿੱਥੇ ਕਾਬਜ਼ ਨੇ, ਕਿਉਂਕਿ ਮੁਸਤਰਕੇ ਖਾਤੇ ਆਪਣੇ ਚੱਲਦੇ ਨੇ, ਜਿਹੜਾ ਜਿੱਥੇ ਪਹੁੰਚਦਾ ਵਾਹੀ ਜਾਵੇ, ਰਾਜੀਨਾਮਾ ਹੋ ਜਾਵੇ, ਫੈਸਲਾ ਹੋ ਜਾਵੇ, ਅਦਾਲਤ ਫੈਸਲਾ ਕਰ ਦੇਵੇ, ਤਕਸੀਮ ਹੋ ਜਾਵੇ, ਚਲੋ ਜਿੱਥੇ ਮਰਜ਼ੀ ਕਰ ਲਵੇ। ਇਹ ਮੇਰੇ ਕੋਲ ਆਇਆ ਕਹਿੰਦਾ ਰਾਜਾ ਦਿਓਲ ਤੁਹਾਡੇ ਕੋਲ ਆਉਂਦਾ ਵਾ, ਲੇਕਿਨ ਮੇਰੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ। ਮੈਂ ਕਿਹਾ ਵੀ ਜੇ ਮੇਰੇ ਹੁੰਦੇ ਕਬਜ਼ਾ ਹੋ ਗਿਆ ਤਾਂ ਤੂੰ ਮਨ 'ਚੋਂ ਬਹਿਮ ਕੱਢਦੇ ਸਾਰੇ, ਹੋਈ ਨਹੀਂ ਸਕਦਾ। ਮੇਰੇ ਕੋਲ ਰਾਜਾ ਦਿਓਲ ਆਇਆ ਅਗਲੇ ਦਿਨ, ਦੇਖੋ ਜੀ NRI ਜ਼ਮੀਨ 'ਤੇ ਕਬਜ਼ਾ ਕਰ ਲਿਆ। ਮੈਂ ਮੇਰੀ ਗੱਲ ਸੁਣ, ਜ਼ਮੀਨ ਤੂੰ ਖਰੀਦੀ ਆ, ਜਿੱਥੇ ਖਰੀਦੀ ਆ ਕਬਜ਼ਾ ਹੈਗਾ ਉੱਥੇ ਬਾਹਰ ਆ। ਕਹਿੰਦਾ ਮੈਂ ਫਰੰਟ 'ਤੇ ਬਹੂੰਗਾ। ਮੈਂ ਕਿਹਾ ਕਾਰਵਾਈ ਹੋਊਗੀ? ਕਹਿੰਦਾ ਕਾਰਵਾਈ ਕਰ ਦਿਓ, ਮੈਂ ਪਰਚਾ ਹੋਊਗਾ। ਕਹਿੰਦਾ ਪਰਚਾ ਕਰ ਦਿਓ, ਮੈਂ ਜੁੱਤੀਆਂ ਵੀ ਪਹਿਣਗੀਆਂ, ਇਹ ਵੀ ਗੱਲ ਕਹੀ ਮੈਂ। ਫਿਰ ਕਹਿੰਦਾ ਨਹੀਂ, ਫਿਰ ਫਲਾਨਾ ਧਮਕੜਾ। ਮੈਂ ਕਿਹਾ ਇਹ ਹੋਣਾ ਨਹੀਂ। ਮੈਂ ਕੈਨੇਡਾ ਗਿਆ ਹੋਇਆ ਸੀਗਾ, ਇਹ ਨਾਲ ਸੁਖਦੇਵ ਸਿੰਘ SSP ਚਾਹਲ ਸੀ, ਇਹਨਾਂ ਨੇ ਰਲ ਕੇ ਸਤਨਾਮ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਤਾ। ਕੀਤਾ ਕੀ ਦੱਸੋ, ਕੀਤਾ ਜਦੋਂ ਕਬਜ਼ਾ ਹੋ ਗਿਆ। ਮੈਨੂੰ ਫੋਨ ਕੈਨੇਡਾ ਗਿਆ, ਮੈਂ ਟੋਰਾਂਟੋ ਸੀਗਾ ਉਸ ਦਿਨ, ਵੀ ਆਹ ਗੱਲ ਹੋ ਗਈ ਜੀ ਜ਼ਮੀਨ 'ਤੇ, ਇਹਦਾ ਫੋਨ ਗਿਆ ਵੀ ਮੇਰੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਮੈਂ SSP ਰਲਿਆ ਹੋਇਆ ਸੀ, ਆਪ ਜਿਹੜਾ ਹਰਿੰਦਰ ਚਾਹਲ, ਉਹ ਚੋਰ ਨੇ ਇਹਨਾਂ ਨੂੰ ਖਰਾਬ ਕੀਤਾ ਸਭ ਤੋਂ ਵੱਧ, ਇਹਨੂੰ ਵੀ ਉਹ ਖਰਾਬ ਕਰਨ ਵਾਲਾ ਉਹੀ ਬੰਦਾ ਵਾ SSP ਸੀ ਜਿਹੜਾ। ਤਾਂ ਮੈਨੂੰ ਇਹਨੇ ਫੋਨ ਕੀਤਾ, ਮੈਂ DSP ਨੂੰ ਫੋਨ ਕੀਤਾ ਅਤੇ SHO ਨੂੰ। DSP ਜਸਦੇਵ ਸਿੰਘ ਸੀਗਾ, ਮੈਂ ਕਿਹਾ ਫੋਨ ਕਰਨਾ ਬੰਦ, ਵੀ ਇਹ ਦੋਨਾਂ ਬੰਦੇ ਨੂੰ ਰਾਜੇ ਦਿਓਲ ਨੂੰ ਲਿਆ ਕੇ ਪਰਚਾ ਦੇ ਕੇ ਹਵਾਲਾ 'ਚ ਦੇ ਕੇ ਤੁਸੀਂ ਫੇਰ ਮੇਰੇ ਨਾਲ ਗੱਲ ਕਰਨੀ ਹੈ। ਅਤੇ ਮੈਂ ਫੋਨ ਆਇਆ ਮੀਡੀਆ ਸਾਹਿਬ ਨੂੰ, ਮੈਂ ਕਿਹਾ ਵੀ ਆਹ ਗੱਲ ਆ ਵੀ ਜੇ ਕਿਆ ਗੱਲ ਹੋਈ ਆ, ਉਹਨਾਂ ਨੇ SSP ਨੂੰ ਗਾਲਾਂ ਕੱਢੀਆਂ, ਹਿੱਸਾ SSP ਦੇ ਵਿੱਚ ਸੀਗਾ। ਅਤੇ ਜਾਨੂੰ ਪਰਚਾ ਲਿਆ ਕੇ ਅਸੀਂ ਦੇਤਾ ਸੀ, ਮੈਨੂੰ SSP ਦਾ ਫੋਨ ਆਇਆ DSP ਨੂੰ, ਕਹਿੰਦੇ ਰਾਜਾ ਦੇ ਨੂੰ ਲਿਆ ਕੇ ਅੰਦਰ ਦੇ ਦਿਓ। ਉਹ ਕਹਿੰਦੇ ਪਹਿਲਾਂ ਦੇ ਦਿੱਤਾ ਅੰਦਰ, ਸਾਰਾ ਕੁਝ ਕਾਰਵਾਈ ਹੋ ਗਈ ਅਤੇ ਆ ਬੈਠੇ ਆ ਜੀ ਕਬਜ਼ਾ। ਮੇਰਾ ਕਹਿੰਦਾ 10 ਸਾਲਾਂ ਦੇ ਵਿੱਚ ਭਨੋੜ ਪਿੰਡ ਵਿੱਚ ਅਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਮਨਪ੍ਰੀਤ ਸਿੰਘ ਆਲੀ ਦੇ ਵੱਲੋਂ, ਅਤੇ ਨਾਲ ਹੀ ਆਪਣਾ ਦੱਸਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਕਬਜ਼ਾ ਛੁਡਾਉਣ ਲੈ ਕੇ ਉਹਨਾਂ ਨੇ ਅੱਗੇ ਸਟੈਂਡ ਲਿਆ। ਹਰ ਤਰ੍ਹਾਂ ਦੇ ਹੱਡੀਆਂ, ਜੋੜਾਂ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀਆਂ ਦਾ ਇਲਾਜ ਵਿਦੇਸ਼ਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ ਨਾਲ ਕੀਤਾ ਜਾਂਦਾ ਹੈ। ਸੰਪਰਕ ਕਰੋ NK ਅਗਰਵਾਲ ਜੁਆਇੰਟ ਐਂਡ ਸਪਾਈਨ ਸੈਂਟਰ, BRS ਨਗਰ, ਲੁਧਿਆਣਾ, 977-967-3369।